ਸਤਿ ਸ਼੍ਰੀ ਅਕਾਲ ਅੱਜ ਦਾ ਬਲੌਗ ਸ਼ੁਰੂ ਕਰ ਰਹੇ ਹਾਂ ਨੀਸ ਤੋਂ ਕੌਣੇ ਸਾ ਗਏ ਆਪਾਂ ਆਏ ਨੀਸ ਆ ਗਏ ਨਾ ਹਾਂ ਨੀਸ ਬਸ ਐਂਟਰ ਕਰ ਗਏ ਜਾ ਰਹੇ ਹਾਂ ਜਿੱਧਰ ਸਾਡਾ ਹੋਟਲ ਲਿਆ ਹੋਇਆ ਉੱਧਰ ਜਾਂਦੇ ਹਾਂ ਸਮੁੰਦਰ ਦੇ ਸਾਹਮਣੇ ਲਿਆ ਹੋਇਆ ਵਾ ਉੱਥੇ ਚੱਲਦੇ ਹਾਂ ਐਂਟਰ 'ਚ ਹੀ ਦੇਖੋ ਵੀ ਕਿੰਨਾ ਸੋਹਣਾ ਲੱਗਦਾ ਨਾ ਵੀ ਬਹੁਤ ਸੋਹਣਾ ਲੱਗਦਾ ਦੇਖਣ ਇਹ ਹੈ ਜੀ ਸਾਡਾ ਹੋਟਲ ਇਹ ਐਂਟਰੈਂਸ ਇਹ ਹੈ ਜੀ ਛੋਟੀ ਜਿਹੀ ਕਿਚਨ ਇਹ ਹੈਗੀ ਆ ਫਰੰਟ ਵਾਸ਼ਰੂਮ ਜੀ ਬੈਡਰੂਮ ਪ੍ਰਭਜੋਤ ਇਹ ਹੈਗਾ ਦੂਸਰਾ ਰੂਮ ਬੱਚਿਆਂ ਦਾ ਇੱਥੋਂ ਹੈਗਾ ਜੀ ਬਾਹਰ ਆ ਗਏ ਬਾਲਕੋਨੀ ਤੇ ਸਾਹਮਣੇ ਹੈ ਜੀ ਸਮੁੰਦਰ ਵਾਓ ਉਹ ਸਾਹਮਣੇ ਦੇਖ ਸਕਦੇ ਹੋ ਸਮੁੰਦਰ ਤੇ ਨਹਾਉਣ ਵਾਲਾ ਬੀਚ ਨਹੀਂ ਹੈਗਾ ਇਹ ਤਾਂ ਬਹੁਤ ਡੇਂਜਰਸ ਆ ਕਾਫੀ ਉੱਚੀਆਂ ਲਹਿਰਾਂ ਆ ਰਹੀਆਂ ਨੇ ਇਹਦੇ ਵਿੱਚ ਸਮੁੰਦਰ ਨੂੰ ਕਿੰਨਾ ਤੇਜ਼ ਆ ਵੈਸੇ ਹੁਣ ਸ਼ਾਮ ਦਾ ਟਾਈਮ ਹੋ ਗਿਆ ਤੇ ਥੋੜੀ ਹਲਕੀ ਠੰਡ ਹੋ ਜਾਂਦੀ ਆ ਦਿਨ ਦੇ ਟਾਈਮ ਤੇ ਉੱਥੇ ਥੋੜਾ ਥੋੜਾ ਨਹਾ ਲੈਂਦੇ ਹੋਣੇ ਲੋਕ ਪਰ ਬੱਚਿਆਂ ਦੇ ਨਹਾਉਣ ਵਾਲਾ ਹੀ ਹੈ ਮੇਰੇ ਪਿੱਛੇ ਬੋਟ ਖੜੀਆਂ ਨੇ ਬੋਟਸ ਨੇ ਤੁਸੀਂ ਬੈਠ ਕੇ ਆ ਕੇ ਇੱਥੇ ਆ ਤੂੰ ਬਣਾ ਲੈ ਵੀਡੀਓ ਇੰਟਰ ਇੰਜੋਏ ਕਰ ਲੈ ਵੀਡੀਓ ਤਾਂ ਬਣ ਗਈ ਵਾਓ ਬਹੁਤ ਸੋਹਣਾ ਨੀਸ ਆ ਨੀਸ ਦੇ ਸਾਇ ਬੀਚ ਦੇ ਸਾਹਮਣੇ ਸਮੁੰਦਰ ਦੇ ਸਾਹਮਣੇ ਬਣਿਆ ਹੋਇਆ ਇੱਦਾਂ ਵਾਓ ਬਹੁਤ ਸੋਹਣਾ ਬਣਿਆ ਹੋਇਆ ਸਪੇਨ 'ਚ ਪਰ ਇੱਦਾਂ ਕਿਤੇ ਨਹੀਂ ਹੈਗਾ ਫਰਾਂਸ 'ਚ ਆਈ ਬਹੁਤ ਸੋਹਣਾ ਵਾ ਫਰਾਂਸ
ਜਾ ਰਹੇ ਹਾਂ ਸਾਡੇ ਨਾਲ ਨਾਲ ਸਮੁੰਦਰ ਆ ਪ੍ਰਭਜੋਤ ਹੁਣ ਜਾ ਰਹੇ ਹਾਂ ਜੀ ਇਟਲੀ ਅਤੇ ਰਸਤੇ 'ਚ ਅਤੇ ਰਸਤੇ 'ਚ ਵੀ ਸਾਨੂੰ ਸਾਰਾ ਰਸਤਾ ਦਿਖਾਉਂਦੇ ਜਾਵਾਂਗੇ ਅਤੇ ਬਹੁਤ ਸੋਹਣਾ ਵਿਊ ਆ ਸ਼ਾਮ ਤੀਕਰ ਪਹੁੰਚ ਜਾਂਗੇ ਇਟਲੀ 'ਚ ਦੇ ਨਾਲ ਨਾਲ ਸੜਕਾਂ ਨੇ ਦੇਖ ਲੈ ਉੱਪਰ ਜਾਲੀ ਜੀ ਪਾਈ ਹੋਈ ਆ ਪਹਾੜਾਂ ਦੇ ਉੱਪਰ ਵੀ ਪੱਥਰ ਥੱਲੇ ਨੰਗੇ
ਵੱਡੇ ਵੱਡੇ ਨਾ ਡੂੰਘੀਆਂ ਡੂੰਘੀਆਂ ਖਾਈਆਂ ਨੇ ਨਾਲ। ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ। ਮਿਲਦੇ ਜੀ ਅਗਲੇ ਨਿਊ ਵਲੌਗ 'ਚ।